अस्सलामुअलैकुम विवाल, मैं मोहम्मद सजाद। तुसां दे पे यूट्यूब चैनल एस संदीला विला। उम्मीद करे ना कि तुसां सारे खैर खरीयत नाल हो। सो मैं भी ठीक हाँ अल्लाह के फजल के करम दे नाल। ते विवाल, सब तो पहले तुसां सारे चैनल को सबसक्राइब करो, लाइक करो, शेयर करो, ताकि सारी आने की वीडियो थोड़े तक आसानी नाल पहुँच सके। अज से दोस्तों नाल मुलाकात करेंदे पे हैं, ते माशाल्लाह सारे दोस्त भी हैं, क्लास फैलो भी हैं। सही मार अलताफ सियाल साहब नाल बैठन, सारे दोस्त मार कयूम रियान साहब, ते परू मशहूर मरूफ हस्ती हसनैन और पुनू बॉडी बिल्डर जवान से अजकल कबड्डे बहुत ज्यादा खेल भजते पैन। तो इन्हों गपशप करेने हैं। तो ये बंदा वैसे कीमती है, बहुत ज्यादा बहु अरसे बाद मुलाकात करें पै पता नहीं कितना रह पे। इन्हें को पुछते हैं असें बिरा सा कितना होंगे, ਕਿਹੜੇ ਦੁੱਖਾਂ 'ਚ ਗੁੰਮੇ, ਦੁੱਖਾਂ 'ਚ ਗੁੰਮੇ, ਸੁੱਖਾਂ 'ਚ ਗੁੰਮੇ। ਅਲਤਾਫ ਹੁਸੈਨ ਲਾਜਪਾਲ ਸਾਹਿਬ ਇਹਦਾ ਨਾਂ ਹੈ। ਅੱਛਾ, ਮਸ਼ਹੂਰ ਤਰੀਨ ਹਸਤੀ ਹੈ, ਇੱਕ ਤਕਰੀਬਨ ਆਮ ਜਾਣਦੇ ਵੀ ਹੈ। ਮਾਸ਼ਾ ਅੱਲਾਹ, ਸਾਡੇ ਹੈਡ ਤੇ ਬਹੁਤ ਵੱਡੇ ਅਦਾਕਾਰ ਰਹਿ ਚੁੱਕੇ ਹਨ। ਅਦਾਕਾਰ ਰਹਿ ਚੁੱਕੇ ਹਨ ਕਿਆ ਅਦਾਕਾਰ ਯਾਰ, ਇਵੇਂ ਨਾ ਕਰੋ। ਚਾਹ ਚਾਹ ਚਾਹ, ਅਸਲਾਮ ਅਲੈਕੁਮ ਭਾਈ ਜਾਨ। ਜਿਵੇਂ ਕਿ ਤੁਸੀਂ ਨੇ ਕੋ ਜਾਣਦੇ ਹੀ ਵੇ ਕਿ ਮੈਂ ਇੱਕ ਲਜਪਾਲ ਦੇ ਨਾਂ ਤੋਂ ਮਸ਼ਹੂਰ ਹਾਂ। ਮਾਸ਼ਾ ਅੱਲਾਹ, ਮੈਂ ਲਜਪਾਲ ਦੇ ਨਾਂ ਤੋਂ ਇਹ ਗੱਲ ਮਸ਼ਹੂਰ ਹਾਂ ਕਿ ਦੋਸਤੀ ਦੇ ਨਾਤੇ ਤੋਂ। ਅਲਹਮਦੁਲਿਲਾ, ਮੈਂ ਗਰੁੱਪ ਬਣਾਇਆ ਆਪਣਾ ਦੋਸਤਾਂ ਦਾ, ਉਹਨਾਂ ਨਾਂ ਪਿਆ ਲਜਪਾਲ ਗਰੁੱਪ। ਨਵਾਬ ਗਰੁੱਪ, ਲਜਪਾਲ ਗਰੁੱਪ, ਲਜਪਾਲ ਗਰੁੱਪ। ਅੱਛਾ, ਸੋਰੀ ਯਾਰ, ਮੈਂ ਉਹਨਾਂ ਦਾ ਅਸਾਂ 24 ਦੋਸਤ ਹੈ ਔਰ 24 ਦੋਸਤ ਅਲਹਮਦੁਲਿਲਾ ਅੱਜ ਤੋਂ 13 ਸਾਲ ਤੀਕ ਨਾਲ ਅਸਾਂ ਇਕੱਠੇ ਵੀ ਹੈ। ਮਾਸ਼ਾ ਅੱਲਾਹ, ਮਾਸ਼ਾ ਅੱਲਾਹ। ਅੱਜ ਤੋਂ 13 ਸਾਲ ਦੇ ਅੰਦਰ ਸਾਡੇ ਅੰਦਰ ਕੋਈ ਕਿਸਮ ਦਾ ਕੋਈ ਫਰਕ ਨਹੀਂ ਆਇਆ। ਅਲਹਮਦੁਲਿਲਾ ਦੋਸਤਾਂ ਕੋਲ ਟਾਈਮ ਦੇਣੇ ਹੈ, ਆਪਣਾ ਕਾਰੋਬਾਰ ਕੋ ਵੀ ਟਾਈਮ ਦੇਣੇ ਹੈ, ਘਰ ਕੋ ਵੀ ਟਾਈਮ ਦੇਣੇ ਹੈ। ਇਹ ਵਾਸਤੇ ਸਜਾਦ ਭਾਈ ਥੋੜ੍ਹੇ ਇੱਕ ਇੱਥੇ ਤੱਕ ਨਹੀਂ ਸੇ ਆ ਸਕੇ, ਨਹੀਂ ਸੇ ਮਿਲ ਸਕੇ। ਅਲਹਮਦੁਲਿਲਾ ਅੱਜ ਖੁਸ਼ੀ ਤੀ ਮੁਲਾਕਾਤ ਠੀਕ ਹੈ। ਅਤੇ ਮੈਂ ਸਾਰੇ ਦੋਸਤਾਂ ਕੋਲ ਮੇਰੀ ਅਪੀਲ ਹੈ ਭਾਈ ਕਿ ਤੁਸੀਂ ਸਜਾਦ ਭਾਈ ਦਾ ਤਾਮਨ ਕਰੋ, ਸਾਥ ਦਿਓ ਔਰ ਉਹਦੇ ਚੈਨਲ ਨੂੰ ਰੰਗ ਲਓ। ਅਤੇ ਮੈਂ ਆਪਣੇ ਦੋਸਤਾਂ ਕੋਲ ਵੀ, ਜਿਤਨੇ ਦੋਸਤ ਹਨ ਲਜਪਾਲ ਗਰੁੱਪ ਦੇ, ਉਹਨਾਂ ਨੂੰ ਵੀ ਆਖਣਾ ਚਾਹੁੰਦਾ ਔਰ ਸਾਰੇ ਦੋਸਤ ਮਿਲ ਕੇ ਸਜਾਦ ਭਾਈ ਦੇ ਚੈਨਲ ਪੂਰਾ ਬੁਲਾਓ, ਸਪੋਰਟ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਤਾਂ ਕਿ ਕਮੈਂਟ ਦੇ ਵਿੱਚ ਵੀ ਦੱਸੇ ਸੋ ਕਿ ਅਸਾਂ ਲਜਪਾਲ ਗਰੁੱਪ ਦੇ। ਚਲੋ ਬਸ ਕਰੋ ਭਾਈ। ਅਤੇ ਇਹ ਸਹੀ ਮੁਹੱਬਤਾਂ ਇੰਨੀਆਂ ਕਿ ਅਸਾਂ ਇਹਨਾਂ ਕੋਲ ਟੁਰ ਕੇ ਆਏ ਹਾਂ। ਹੈਡ ਮੁਹੰਮਦ ਆਲੇ ਦੇ ਇੱਥੇ ਹੀ ਰਹਿੰਦੇ ਪਏ ਹਾਂ, ਬਾਕੀ ਬਹੁਤ ਔਖਾ ਟਾਈਮ ਨਹੀਂ ਤੇ ਨਾ। ਮੈਂ 3 ਮਹੀਨੇ ਲਿਖਣਾ ਹੈਡ ਦੇ ਉੱਤੇ, ਇਹ ਬੰਦੇ ਨੇ ਸ਼ਕਲ ਨਹੀਂ ਦਿਖਾਈ। ਚਲੋ ਇਹ ਵੀ ਇਹਨਾਂ ਦੀਆਂ ਮੁਹੱਬਤਾਂ ਹਨ, ਕੋਈ ਸ਼ਕਲ ਦਿਖਾ ਦਿੱਤੀ ਨੇ। ਐਸੇ ਹੀ ਲਜਪਾਲ ਸਾਹਿਬ ਕੋਈ ਆਪਣੇ ਮੁਹੱਬਤਾਂ ਦਾ 24 ਸਾਲ ਦੀ ਸੰਗਤ ਗੁਜ਼ਾਰੀ ਕਰ ਦੇਵੇ, ਤੇ ਉਹਦੇ ਵਿੱਚ ਕੋਈ ਮੁਹੱਬਤ ਵੰਡੀ ਹੋਵੇ, ਤੇ ਕੋਈ ਸਾਡੇ ਵੀਵਰਾਂ ਦੇ ਨਜ਼ਰ ਥੀ ਵੰਜੇ। ਮਸ਼ੂਕ ਬੇ ਜਿੱਤੇ ਕਾਸਦ ਆਪਣਾ ਆਪਣੇ ਆਸ਼ਿਕ ਕੋਲ, ਵਾਹ ਵਾਹ। ਤੇ ਕਾਸਦ ਨੂੰ ਭੇਜੇ ਉਹ ਆ ਕਿ ਭੀ ਮਹਬੂਬ ਤੇਰਾ ਬਹੁਤ ਬਿਮਾਰ ਹੈ ਪਿਆ, ਓਏ ਹੋਏ, ਤੇ ਆ ਕੇ ਆਪਣੇ ਮਹਬੂਬ ਨੂੰ ਮਿਲਵਾਂ। ਜਿਸ ਟਾਈਮ ਕਾਸਦ ਗਿਆ ਉਹ ਹਾਲ ਹਵੇਲਾ ਸੁਣਾਇਆ ਸੀ, ਤੇ ਅੱਗੋਂ ਆਸ਼ਿਕ ਚਾਹਦਾ ਪਏ, ਓਏ ਹੋਏ ਹੋਏ। ਅਦੇ ਉਹ ਕੋ ਆਖੀ ਕਾਸਦ ਆਉਂਦਾ ਪਏ, ਇਜੇ ਲਾਹ ਛੋਣੀ ਮੈਂ ਕੱਲ ਆਸਾਂ, ਬਿਮਾਰ ਸਮੇਜ ਦਿਲ ਹਾਲੀ ਦਾ, ਬਿੰਦ ਲਾਹ ਛੋੜੀ ਮੈਂ ਕੱਲ ਆਸਾਂ, ਉਹ ਵੀ ਮਰਦਾ ਮਰਜ਼ੀ ਅੱਲਾ ਦੀਏ, ਤੂੰ ਦਫਨਾ ਛੋੜੀ ਮੈਂ ਕੱਲ ਆਸਾਂ, ਤੇ ਮੇਰੀ ਤਰਫ ਆਉਂਦੇ ਵਾਰਸਾਂ ਕੋ ਪਰਚਾ ਛੋਣੀ ਮੈਂ ਕੱਲ ਆਸਾਂ। ਹਾਂ ਸਹੀ, ਹਸਨੈਨ ਔਰ ਪੁਨੂ ਸਾਹਿਬ, ਕੋਈ ਕੱਤਾ ਸੁਣਦੇ ਪਏ ਹੋ? ਪੈਸੇ ਮਹੱਤਵ ਵੰਡੀ ਬੈਠੇ ਬੋਲ ਰਹੇ ਭਾਈ ਜਾਨ, ਗੁੱਸਾ ਨਹੀਂ ਕਰਨਾ ਠੀਕ ਹੈ, ਅਤੇ ਗੁੱਸੇ ਦੇ ਅੰਦਰ ਨਾ ਤੈਨੂੰ ਪਤਾ ਹਰ ਕੋਈ ਆਪੇ ਪੀ ਔਰ ਆਪਣੀ ਹਰ ਕਹਿੰਦੀ ਮਰਜ਼ੀ ਹੈ, ਅਤੇ ਉੱਥੇ ਗੁੱਸਾ ਬਿਰਾਵਾਂ ਦੇ ਉੱਤੇ ਕੱਢਣਾ ਪਾਉਂਦਾ ਸੀ। ਅੱਜ ਕਹਿੰਦਾ ਬੈਠ ਤੇ ਗੁੱਸਾ ਬੰਦਾ ਕਰ ਸਕਦਾ ਨਹੀਂ ਸੀ, ਉਹਦਾ ਇਹ ਪੀ ਆ ਕਿ ਸ਼ਹਿਰਾਂ ਦੇ ਸਾਡੀ ਆਪਣੀ ਜ਼ਿੰਦਗੀ ਹੈ, ਸਾਡੀ ਆਪਣੀ ਮਰਜ਼ੀ ਹੈ, ਸਾਡੀ ਆਪਣੀ ਜ਼ਿੰਦਗੀ ਹੈ, ਸਾਨੂੰ ਮਸ਼ਵਰੇ ਦੇ ਨਹੀਂ ਹੈ ਜੇ ਟੁਰਨਾ ਹੈ, ਹਰ ਕਦਮ ਤੇ ਸਜਾਦ ਖੜਾ ਕਾਸੇ ਦੁਸ਼ਮਣ ਨੂੰ ਕਰਕੇ ਰਹੇ ਜੇ ਟੁਰਨਾ ਹੈ, ਸਾਡਾ ਲੈਵਲ ਹੀ ਨਹੀਂ ਪਿੱਛੇ ਲੱਗ ਬਣੀ ਹੈ, ਤੇਰੀ ਮਰਜ਼ੀ ਹੈ, ਤੂੰ ਜੈਂ ਟੁਰਨਾ ਹੈ, ਸਾਡੇ ਹੱਥਾਂ ਵਿੱਚੋਂ ਨਿੱਕਾ ਵੱਡਾ ਤੂੰ ਹੋਇਆ, ਤੂੰ ਸਾਨੂੰ ਸਮਝਾਉਣਾ ਹੈ ਜੇ ਟੁਰਨਾ ਹੈ।
اللہ پاک بچاوے ان لوگاں تو جڑے اندر دے کالے ہوویں واہ واہ بھائی والی سنگت تو بچ لیے بھاویں آپ تو ڈھالے ہو واہ واہ تے چلتا ہوں لاس پاس دائی کا فائدہ جو گل کٹ مالے ہوویں واہ واہ سنگت بنان دا کیا فائدہ جو پچھ پھلا دے ڈالے ہائے 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 اسنان گا سن جی تیری شہری دی آواز ترا ہر نانگ دی کھڈ وچ بہ گئی اوئے ہائے ہائے جی ڈنگ مارے نے سے اوف کیتی تیری زلف سمجھ کے سہ گیا تیری تانگ جو ہے سینے وچ تیری تانگ جو ہے سینے وچ اسا سینہ تان کے رہ گئے ہیں بس اسنان پیار بیگانہ ہے تو جھٹ دیتی اسا دے گئے ہائے 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 ساوے کھو دانے عمر دراز ہوے ساڈا نہیں بنیا تا او ہائے ہائے ویوار محفل گرم تھیندیاں دی تاں تاں جس ود دی آندی سپورٹ کرے سو اے پہلی دیوار برار ملاقات کی دینا تو دل وڈا خوش دی سارا رسیوان دی وڈی ہوئی سجا راج دے کار وڈا تیری نیت تے سٹی ہوئی اوئے ہاں اوئے اوئے